ਹਾਂਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਸਹਿਤਕ ਸਰਗਰਮੀਆਂ ਦੇ ਨਾਲ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਤਾਂ ਤੁਸੀਂ ਇਸ ਮਾਧਿਅਮ ਦੇ ਨਾਲ ਪ੍ਰਾਪਤ ਕਰਦੇ ਹੋ ਅਕਾਦਮਿਕ ਖੇਤਰ ਨਾਲ ਸੰਬੰਧਿਤ ਨਵੀਆਂ ਅਪਡੇਟ ਤੇ ਨਾਲ ਨਾਲ ਆਪਾਂ ਜਿਹੜਾ ਹੈ UGC NET ਤੇ ਮਾਸਟਰ ਕੇਡਰ ਪੰਜਾਬੀ ਦੀ ਤਿਆਰੀ ਕਰਵਾ ਰਹੇ ਹਾਂ ਤਾਂ ਜਿਹੜਾ ਇੱਕ ਜਿਹੜਾ ਪੇਪਰ ਹੋਇਆ PS TET ਦਾ ਜਿਹਦੇ ਨਾਲ ਸੰਬੰਧਿਤ ਤੁਹਾਡੇ ਨਾਲ ਗੱਲ ਕਰਨੀ ਸੀ ਤਾਂ ਇੱਕ ਜਿਹੜੇ ਦੋਸਤ ਪਹਿਲੀ ਵਾਰ ਇਸ ਚੈਨਲ ਤੇ ਵਿਜ਼ਿਟ ਕਰ ਰਹੇ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਚੈਨਲ ਨੂੰ ਤਾਂ ਜੋ ਨਵੀਂ ਅਪਡੇਟ ਤੁਹਾਨੂੰ ਡਾਇਰੈਕਟ ਮਿਲ ਸਕੇ ਕੋਈ ਵੀ ਨਵੀਂ ਪੋਸਟ ਆਉਂਦੀ ਆ ਜਾਂ ਕੋਈ ਵੀ ਜੇ ਤੁਸੀਂ ਮਾਸਟਰ ਕਿਡਰ ਦੀ ਤਿਆਰੀ ਕਰਦੇ ਤਾਂ ਉਹ ਵੀ ਜਿਹੜੀ ਵੀਡੀਓ ਤੁਹਾਨੂੰ ਮਿਲ ਸਕੇ ਹਾਂਜੀ ਗੱਲ ਕਰਦੇ ਆ ਅੱਜ ਦੀ ਵੀਡੀਓ ਦੀ ਤਾਂ ਇਸ ਦੇ ਵਿੱਚ ਪੀਐਸਟਟ ਦਾ ਜਿਹੜਾ ਹਾਲ ਦੀ ਘੜੀ ਦੇ ਵਿੱਚ ਪੇਪਰ ਹੋਇਆ ਉਸ ਦੀਆਂ ਆਬਜੈਕਸ਼ਨ ਜਾਂ ਉੱਤਰ ਪੱਤਰੀ ਨੂੰ ਚੁਣੌਤੀਆਂ ਇਤਰਾਜ਼ ਤੁਹਾਡੇ ਮੰਗੇ ਗਏ ਨੇ ਤਾਂ ਇਹਦੇ ਨਾਲ ਸੰਬੰਧਿਤ ਲੈ ਕੇ ਮੈਂ ਤੁਹਾਨੂੰ ਦੱਸਣਾ ਸੀ ਕਿ ਜਿਹੜਾ ਪੀਐਸਟੈਟ ਦਾ ਪੇਪਰ ਦੂਜਾ ਤਾਂ ਇਸ ਦੇ ਵਿੱਚ ਦੋ ਉਨਾ ਪੈਰੇ ਪੁੱਛੇ ਸੀ ਪੰਜਾਬੀ ਦੇ ਪਹਿਲਾ ਜਿਹੜਾ ਹੈ ਕਾ ਟੋਟਾ ਸੀ ਗੁਰੂ ਨਾਨਕ ਦੇਵ ਜੀ ਦੀ ਜਪਜੀ ਬਾਣੀ ਦੇ ਵਿੱਚੋਂ ਤਾਂ ਉਹ ਠੀਕ ਹੈ ਪਰ ਜਿਹੜਾ ਦੂਜਾ ਪੈਰਾ ਪੁੱਛਿਆ ਗਿਆ ਵਾਰਤਕ ਦਾ ਜਿਹੜਾ ਸੀਗਾ ਤਾਂ ਉਹ ਉਹਦੇ ਉੱਪਰ ਇਤਰਾਜ਼ ਜਿਹੜਾ ਬਣਦਾ ਹੈ ਕਿਵੇਂ ਬਣਦਾ ਉਹ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੀ ਪੁਸਤਕ ਹੈ ਜਿੰਦ ਪੱਠੀ ਦੇ ਦਾਣੇ ਸੁਤਿੰਦਰ ਸਿੰਘ ਤੁਨਵਾਦੀ ਇਸ ਦੇ ਵਿੱਚੋਂ ਇਹ ਸਵਾਲ ਜਿਹੜਾ ਇਹ ਪੈਰਾ ਲਿਆ ਗਿਆ ਠੀਕ ਹੈ ਜੀ ਤਾਂ ਇਹਦੇ ਵਿੱਚ ਬਾਕੀ ਜਿਹੜੇ ਸਵਾਲ ਨੇ ਚਲੋ ਠੀਕ ਹੈ ਉਹ ਲੱਭ ਕੇ ਕਰਨੇ ਆ ਤੁਸੀਂ ਆਪਣੀ ਸਮਝ ਦੇ ਨਾਲ ਕਰਨੇ ਆ ਪਰ ਇਹਦੇ ਵਿੱਚ ਜਿਹੜਾ ਲਾਸਟ ਵਾਲਾ ਸਵਾਲ ਸੀ ਕਿ ਬਰੋਕਤ ਪੈਰਾ ਕਿਸ ਪੁਸਤਕ ਵਿੱਚੋਂ ਲਿਆ ਗਿਆ ਤਾਂ ਇਹਦੇ ਵਿੱਚ ਅ ਇਤਰਾਜ਼ ਇਹ ਬਣ ਸਕਦਾ ਹੈ ਕਿ ਜਿਹੜੀ ਇਹ ਪੁਸਤਕ ਹੈ ਇਹ ਤੁਸੀਂ ਉੱਪਰ ਦੇਖ ਸਕਦੇ ਹੋ ਕਲੈਕਸ਼ਨ ਆਫ ਪੋਇਟਰੀ ਲਿਖਿਆ ਹੋਇਆ ਜਿੰਦ ਪੱਠੀ ਦੇ ਦਾਣੀ ਤਾਂ ਇਹ ਜਿਹੜੀ ਕਿਤਾਬ ਹੈ ਕਵਿਤਾ ਦੀ ਕਿਤਾਬ ਹੈ ਤਾਂ ਇਹਦੀ ਜਿਹੜੀ ਭੂਮਿਕਾ ਹੈ ਇਸ ਕਿਤਾਬ ਦੀ ਡੇਢ ਕ ਸਫੇ ਦੀ ਉਹ ਭੂਮਿਕਾ ਹੈ ਉਹਦੇ ਵਿੱਚੋਂ ਇਹਨਾਂ ਨੇ ਇਹ ਪੈਰਾ ਚੁੱਕ ਕੇ ਰੱਖਿਆ ਹੈਗਾ ਵਿੱਚ ਦੇ ਠੀਕ ਹੈ ਜੀ ਆ ਤੁਹਾਨੂੰ ਪੈਰਾ ਵੀ ਦਿਖਾ ਦਿੰਨਾ ਤਾਂ ਜੇਕਰ ਤੁਸੀਂ ਵਾਰਤਕ ਦਾ ਪੁੱਛ ਰਹੇ ਹੋ ਤਾਂ ਵਾਰਤਕ ਦਾ ਪੈਰਾ ਕਿਸੇ ਵਾਰਤਕ ਦੀ ਪੁਸਤਕ ਦੇ ਵਿੱਚੋਂ ਲਓ ਤੁਸੀਂ ਕਵਤਾ ਦੀ ਜਿਹੜੀ ਭੂਮਿਕਾ ਹੈ ਕਵਤਾ ਦੀ ਕਿਤਾਬ ਦੀ ਭੂਮਿਕਾ ਉਹਦੇ ਵਿੱਚੋਂ ਤੁਸੀਂ ਪੁੱਛੀ ਜਾ ਰਹੇ ਹੋ ਚਲੋ ਦੂਜੇ ਸਵਾਲਾਂ ਦਾ ਲੱਭ ਕੇ ਅਨਸਰ ਦੇ ਦੇਵਾਂਗਾ ਪਰ ਇਹ ਸਵਾਲ ਨਹੀਂ ਹੋ ਸਕਦਾ ਕਿ ਉਹ ਉਪਰੋਕਤ ਪੈਰਾ ਜਿਹੜਾ ਕਿਸ ਪੁਸਤਕ ਦੇ ਵਿੱਚੋਂ ਲਿਆ ਗਿਆ ਠੀਕ ਹੈ ਕਿਸ ਪੁਸਤਕ ਦੇ ਵਿੱਚੋਂ ਲਿਆ ਗਿਆ ਇਹ ਸਵਾਲ ਨਹੀਂ ਜਿਹੜਾ ਇਤਰਾਜ਼ਯੋਗ ਬਣ ਸਕਦਾ ਹੈ ਦੂਜੀ ਗੱਲ ਇਹ ਜਿਹੜੀ ਕਿਤਾਬ ਹੈ ਉਹ ਲੇਟੈਸਟ ਜਮਾ ਕਿਤਾਬ ਹੈ ਜਿਹਦੇ ਵਿੱਚੋਂ ਇਹ ਪੈਰਾ ਪੁੱਛਿਆ ਗਿਆ ਤਾਂ ਇਹਹੀ ਜਿਹੜਾ ਇਤਰਾਜ਼ ਉਹਦੇ ਵਿੱਚ ਚੱਲੇ ਸੀ ਕਿ ਜਿਹੜੇ ਅਸਿਸਟੈਂਟ ਪ੍ਰੋਫੈਸਰ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਵੀ ਜਿਹੜੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਸੀ ਜਮਾ ਲੇਟੈਸਟ ਉਹਨਾਂ ਦੇ ਬਾਰੇ ਪੁੱਛਿਆ ਗਿਆ ਪੁੱਛੇ ਗਏ ਸਵਾਲ ਨਹੀਂ ਚਲੋ ਉਹਨਾਂ ਦਾ ਲੈਵਲ ਪੇਪਰ ਦਾ ਉਹ ਲਿਟਰੇਚਰ ਦਾ ਪੇਪਰ ਸੀਗਾ ਸਾਹਿਤ ਦੇ ਨਾਲ ਜੁੜਿਆ ਹੋਇਆ ਤਾਂ ਉਹਦੇ ਕਰਕੇ ਚੱਲ ਸਕਦਾ ਸੀ ਪਰ ਇਸ ਪੇਪਰ ਦੇ ਵਿੱਚ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਤਾਬ ਜਿਹੜੀ ਹੈ ਇਹਨੂੰ ਸਾਲ ਵੀ ਨਹੀਂ ਹੋਇਆ ਹਲੇ ਛੱਪੀ ਨੂੰ ਤਾਂ ਇਹਦੇ ਵਿੱਚ ਉਹ ਇਹ ਜਿਹੜੇ ਪੁੱਛ ਰਹੇ ਆ ਤੇ ਉਹਦੇ ਹੀ ਜਿਹੜਾ ਨਾਮ ਪੁੱਛ ਰਹੇ ਆ ਤੇ ਇਹਦੇ ਉੱਪਰ ਜਿਹੜਾ ਇਤਰਾਜ਼ ਉਹ ਬਣ ਸਕਦਾ ਹੈ ਜੇਕਰ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਆਬਜੈਕਸ਼ਨ ਇਹਦੇ ਉੱਪਰ ਹਾਂਜੀ ਤਾਂ ਬਾਕੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਇਹਦੇ ਵਿੱਚ ਇਹਦੇ ਬਾਰੇ ਤੁਸੀਂ ਸੋਚ ਲੈਣਾ ਇਤਰਾਜ਼ ਬਣ ਸਕਦਾ ਹੈ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਇਹਦੇ ਉੱਪਰ ਤੇ ਨਾਲ ਹੀ ਜੁڑے ਰਹਿਣਾ ਜਲਦੀ ਹੀ ਫੇਰ ਤੁਹਾਡੇ ਨਾਲ ਕੋਈ ਨਵੀਂ ਅਪਡੇਟ ਸਾਂਝੀ ਕਰਾਂਗੇ